ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਮੇਲ ਪੰਜਾਬੀ ਟੀਵੀ। ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਘੰਟੀ ਦਾ ਬਟਨ। ਘੰਟੀ ਦਬਾਉਂਦੇ ਹੀ ਤੁਹਾਨੂੰ ਮਿਲਣਗੀਆਂ ਸਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ। ਪੁਰਾਣੀ ਕਹਾਵਤ ਹੈ, ਇਸ਼ਕ ਤੇ ਮੁਸ਼ਕ ਛੁਪਾਈ ਨਹੀਂ ਛਿਪਦੇ। ਗੁਰਦਾਸਪੁਰ ਚ ਵੀ ਕੁਛ ਅਜਿਹਾ ਹੀ ਹੋਇਆ, ਪਰ ਇਸ਼ਕ ਦੀ ਮੁਸ਼ਕ ਜਦੋਂ ਬਾਹਰ ਆਈ ਤਾਂ ਇੱਕ ਇਨਸਾਨ ਦੀ ਜਾਨ ਜਾ ਚੁੱਕੀ ਸੀ। ਇਹ ਤਸਵੀਰਾਂ ਗੁਰਦਾਸਪੁਰ ਦੀਆਂ ਨੇ। ਇਸ ਘਰ ਦੇ ਵਿੱਚ ਜੋ ਕੁਝ ਹੋਇਆ ਹਰ ਕੋਈ ਹੈਰਾਨ ਰਹਿ ਗਿਆ। ਦਰਅਸਲ ਇੱਥੇ ਇੱਕ ਪੂਰਵ ਫੌਜੀ ਦੀ ਜਾਨ ਚਲੀ ਗਈ। ਦਲਜੀਤ ਸਿੰਘ ਆਪ ਵੀ ਫੌਜ ਸੀ ਤੇ ਉਹਨਾਂ ਦਾ ਮੁੰਡਾ ਵੀ ਦੇਸ਼ ਦੀ ਸੇਵਾ ਕਰਦਾ ਸੀ। ਮੁੰਡੇ ਦੀ ਗੈਰ ਹਾਜ਼ਰੀ 'ਚ ਇਹਨਾਂ ਦੀ ਨੂੰਹ ਦੇ ਸੰਬੰਧ ਕਿਸੇ ਹੋਰ ਨਾਲ ਹੋ ਗਏ। ਇਸ ਗੱਲ ਦੀ ਭਨਕ ਦਲਜੀਤ ਸਿੰਘ ਨੂੰ ਲੱਗ ਗਈ। ਸ਼ਾਇਦ ਇਹੀ ਵਜ੍ਹਾ ਰਹੀ ਕਿ ਦਲਜੀਤ ਸਿੰਘ ਹੁਣ ਇਸ ਦੁਨੀਆ 'ਚ ਨਹੀਂ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਤਫਤੀਸ਼ ਕੀਤੀ ਤਾਂ ਪਤਾ ਚੱਲਿਆ ਕਿ ਇਹ ਸਾਰਾ ਕਾਰਨਾਮਾ ਨੂੰਹ ਨੇ ਆਪਣੇ ਪ੍ਰੇਮੀ ਨਾਲ ਰਲ ਕੇ ਕੀਤਾ। ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਇਸ ਮਹਿਲਾ ਦਾ ਸਟੈਂਡ ਜ਼ਬਰਦਸਤ ਸੀ। ਆਪਣੇ ਪ੍ਰੇਮੀ ਨੂੰ ਬਚਾਉਣ ਲਈ ਇਸਨੇ ਕਿਹਾ ਕਿ ਜੋ ਕੁਝ ਵੀ ਕੀਤਾ ਇਸਨੇ ਖੁਦ ਕੀਤਾ ਏ। ਪਰ ਦਲਜੀਤ ਸਿੰਘ ਦੀ ਹਾਲਤ ਦੱਸ ਰਹੀ ਸੀ ਕਿ ਇਹ ਕੰਮ ਕਿਸੇ ਇਕੱਲੀ ਮਹਿਲਾ ਦਾ ਨਹੀਂ ਹੈ। ਦਰਅਸਲ ਇਸ ਮਹਿਲਾ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਇਹ ਵਾਰਦਾਤ ਕੀਤੀ ਤੇ ਜਦੋਂ ਸੱਚ ਸਾਹਮਣੇ ਆ ਗਿਆ ਤੇ ਆਪਣੇ ਪ੍ਰੇਮੀ ਦਾ ਨਾਮ ਛੁਪਾਉਣ ਲੱਗ ਗਈ। ਪਰ ਪੂਰੇ ਪਿੰਡ 'ਚ ਇਸ ਗੱਲ ਦੀ ਚਰਚਾ ਸੀ। ਪੁਲਿਸ ਤਫਤੀਸ਼ 'ਚ ਸਭ ਕੁਝ ਸਾਫ਼ ਹੋ ਗਿਆ। ਫਿਲਹਾਲ ਪੁਲਿਸ ਨੇ ਨੂੰਹ ਨੂੰ ਕਸਟਡੀ 'ਚ ਲੈ ਲਿਆ ਏ। ਪਿੰਡ ਦੇ ਸਰਪੰਚ ਤੇ ਰਿਸ਼ਤੇਦਾਰਾਂ ਦੀ ਜ਼ੁਬਾਨੀ ਸੁਣੋ ਕਿ ਆਖਿਰਕਾਰ ਪਿੰਡ ਦੇ ਇਸ ਘਰ 'ਚ ਹੋਇਆ ਕੀ। ਚਲੋ ਮਰਾ ਗਿਆ, ਛੱਡ ਕੇ ਇਹਨਾਂ ਨੇ ਗੱਲ ਕੀ। ਜਿਹੜੇ ਬੰਦੇ ਨਾਲ ਰਿਲੇਸ਼ਨ ਹੈਗੇ ਸੀ ਉਹ ਮੁੰਡੇ ਨਾਲ ਗੱਲ ਕੀ ਵੀ ਉਹਦੇ ਨਾਲ ਮੈਨੂੰ ਕਹਿੰਦੇ ਮੁੰਡੇ ਦੇ ਭਰਾ ਪੁੱਤ। ਅੱਗੇ ਤੋਂ ਪਰਚਾ ਆਇਆ ਵਾ, ਅੱਗੇ ਵੀ ਉਹ ਸ਼ੀਸ਼ਾ ਤੋੜ ਗਿਆ, ਗੱਡੀ ਦੇ ਸ਼ੀਸ਼ੇ ਤੋੜ ਗਿਆ, ਘਰ ਦੇ ਸ਼ੀਸ਼ ਤੋੜ ਗਿਆ, ਪਰਚਾ ਧੋਇਆ ਕੀ ਇਹ ਫੌਜ ਆ ਜੀ। ਹਾਂਜੀ, ਉਹਦਾ ਰਿਲੇਸ਼ਨ ਨਹੀਂ ਇਹਦੀ ਗੱਲ ਕੀ।